ओए आ मेरी गल्ला क्यों नहीं गिया ए बुढ़िया दे काम होंदे तू कहे बुढ़ी नु कह दे रिश्ता करा दू ओ नाले मथों दो दो काम नहीं होंदे नाले ता मैं खेत जाके मत्था मारा नाले मैं रिश्ते पाला नाले बाली तू तत्ती ना लक मुंह ना मचाके बैठी जान जी निकली पई है पुत्थां पैरां दी पता नहीं की हो गया मेन ता हां ब्लड कट गया होगा कोई गल नहीं इना कल दी करी जांदी है राज नु मिलन उहनां नु मैं कहया सी होगा ना मैं देखदा जी छुट्टी मिल गई मैं लेके आऊंगा जरूर चाची मां बिना ते ना घर सुन्ने ही हो गया यकीन ही नहीं आंदा भी मां अपने च रही नहीं हैगी ਉਹੀ ਤਾਂ ਹੈ ਪੁੱਤ ਦੇਖ ਲਾ ਭਾਗ ਹੁੰਦਾ ਬੰਦੇ ਦਾ ਆਪਦਾ ਆਪਦਾ ਹੈ ਉਹਦੇ ਹੁੰਦੇ ਆਏ ਘਰ ਪੂਰਾ ਭਰਿਆ ਭਰਿਆ ਲੱਗਦਾ ਸੀ ਹੁਣ ਤਾਂ ਸੱਚੀ ਘਰ ਵੱਢ ਖਾਣ ਨੂੰ ਆਉਂਦੇ ਧੀ ਸਹੀ ਗੱਲ ਹੈ ਚਾਚੀ ਜੀ ਕਰਦਾ ਨਾ ਘਰੋਂ ਭੱਜੀ ਜਾਈਏ ਚਾਰੇ ਪਾਸੇ ਕੁਛ ਨਹੀਂ ਨਿੰਦਾ ਨਾਲੇ ਸਾਰਾ ਟੱਬਰ ਤੁਰਿਆ ਫਿਰਦਾ ਦੇਖ ਲੈ ਮੈਨੂੰ ਵੀ ਪੁੱਤ ਐ ਝਿੜਕਦੀ ਨਾ ਜਦੋਂ ਮੈਨੂੰ ਗੁੱਸਾ ਆ ਜਾਂਦਾ ਪਰ ਉਹ ਚੰਦਰੀ ਝਿੜਕਦੀ ਮੈਨੂੰ ਮਾਵਾਂ ਵਾਂਗੂ ਹੀ ਸੀਗੀ ਚੱਲ ਕੋਈ ਨਾ ਪੁੱਤ ਹੁਣ ਤਾਂ ਰੱਬ ਦਾ ਪਾਣਾ ਮੰਨਣਾ ਹੀ ਪਊਗਾ ਜਿੰਨੀ ਸੀ ਆਪਣੇ ਨਾਲ ਭੋਗ ਗਈ ਉਹ ਰੱਬ ਅੱਗੇ ਫਿਰ ਹੁਣ ਕਿਹਦਾ ਜ਼ੋਰ ਚੱਲਦਾ ਉਹ ਤਾਂ ਗੱਲ ਠੀਕ ਹੈ ਚਾਚੀ ਤੇਰੀ ਗੱਲ ਕਰ ਰੱਬ ਨੇ ਇੰਨਾ ਮਾੜਾ ਨਹੀਂ ਕਰਨਾ ਸੀ ਕੋਈ ਬੰਦੇ ਦਾ ਕੁਛ ਦੁਖਦਾ ਹੋਵੇ ਮੰਨਿਆ ਵੀ ਚੱਲ ਕੋਈ ਭਾਈ ਬਿਮਾਰ ਠਮਾਰ ਸੀ ਨਾ ਕੁਛ ਦੁਖਿਆ ਨਾ ਲੈਣਾ ਨਾ ਦੇਣਾ ਵੀ ਬੰਦਾ ਮਿੰਟ ਚ ਹੀ ਵਗ ਜਾਂਦਾਗਾ ਉਹੀ ਤਾਂ ਹੈ ਤੀ ਇੱਥੇ ਆ ਕੀ ਬੰਦਾ ਬੇਵਸ ਹੋ ਜਾਂਦਾ ਖਵਰਾ ਆਪਦੇ ਚਿੱਤ ਚ ਕਿਹੜੇ ਕਿਹੜੇ ਦੁੱਖ ਲੈ ਗਈ ਚੰਦਰੀ ਕਦੇ ਐ ਖੁੱਲ ਕੇ ਤਾਂ ਗੱਲ ਕਰਦੀ ਨਹੀਂ ਸੀ ਦੇਖ ਲੈ ਜਦੋਂ ਮੈਂ ਆ ਜਾਂਦੀ ਪੁੱਤ ਉਹਦੀ ਲੱਗ ਜਾਂਦੀ ਭੈਣੇ ਬਹਿ ਜਾ ਚਾਹ ਪੀ ਜੀ ਕਿੰਨੀਆਂ ਗੱਲਾਂ ਕਰਦੀ ਨੀ ਮੈਂ ਤਾਂ ਸਾਰਾ ਢਿੱਡ ਫਰੋਲ ਜਾਂਦੀ ਸੀ ਉਹਦੇ ਕੋਲੇ ਮੈਨੂੰ ਤਾਂ ਭੈਣੇ ਘਰੇ ਜਾਂਦੀ ਨੂੰ ਇੰਨਾ ਮਨ ਦੁਖੀ ਹੁੰਦਾ ਕੀ ਕਰਾਂ ਕਿਹਦੇ ਕੋਲ ਗੱਲਾਂ ਕਰਾਂ ਹੁਣ ਸਹੀ ਗੱਲ ਹੈ ਚਾਚੀ ਤੇਰੀ ਮੇਰੀ ਮਾਂ ਦਾ ਸੁਭਾਅ ਤਾਂ ਨਾ ਬਾਲਾ ਨਿੱਘਾ ਸੀਗਾ ਕਦੇ ਨਹੀਂ ਕਿਸੇ ਨਾਲ ਲੜ ਕੇ ਰਾਜੀ ਸੀ ਪਤਾ ਨਹੀਂ ਰੱਬ ਨੂੰ ਸਾਡੇ ਘਰ ਦੀ ਖੁਸ਼ੀ ਕਿਉਂ ਨਹੀਂ ਚੰਗੀ ਲੱਗੀ ਪੁੱਤ ਉਹਦੇ ਚਿੱਤ ਚ ਕੁਛ ਨੀ ਜੇ ਕਦੇ ਮੇਰੇ ਨਾਲ ਲੜ ਵੀ ਪੈਂਦੀ ਨਾ ਵੇਖ ਲਾ ਬਿੰਦ ਚ ਉਹੀ ਜੀ ਹੋ ਜਾਂਦੀ ਸੀਗੀ ਚੱਲ ਪੁੱਤ ਤੂੰ ਨਾ ਹੁਣ ਬਾਲੀ ਚਿੰਤਾ ਕਰ ਆ ਵੀ ਤੇਰੀ ਮਾਵਾਂ ਵਰਗੀ ਐ ਦੋਨੇ ਰਲ ਕੇ ਰਿਆ ਕਰੋ ਹੁਣ ਤਾਂ ਅਸੀਂ ਤਾਂ ਕੀ ਬਸ ਕਰਨਾ ਹੁਣ ਚਾਚੀ ਰੱਬ ਨੇ ਜਦੋਂ ਐਡਾ ਵਕਤ ਪਾਤਾ ਬਸ ਐਂ ਕਰੀ ਜਾਂਦੀ ਸੀ ਦੋ ਤਿੰਨ ਦਿਨਾਂ ਦੀ ਪੁੱਤ ਰਾਜ ਨੂੰ ਫੋਨ ਲਾ ਦੇ ਉਹ ਆ ਜਾਊਗਾ ਐ ਨਹੀਂ ਪਤਾ ਮਾਂ ਵੀ ਜਦੋਂ ਉਹ ਆਊ ਤੂੰ ਤਾਂ ਉਹਦੇ ਕੋਲੇ ਹੋਣੀ ਨਹੀਂ ਹੈਗੀ ਪੁੱਤ ਖਬਰ ਹੈ ਕੀ ਉਹਨੂੰ ਪਹਿਲਾਂ ਹੀ ਬੁਰਾ ਦਿਖਾਈ ਦੇਣ ਲੱਗ ਗਿਆ ਸੀ ਜਿਹੜਾ ਐ ਰਾਜ ਨੂੰ ਯਾਦ ਕਰਨ ਲੱਗ ਗਈ ਸੀ ਉਹੀ ਤਾਂ ਗੱਲ ਹੈ ਉਹ ਦੇਖ ਲੈ ਚੰਦਰਾ ਪਹਿਲਾਂ ਆ ਜਾਂਦਾ ਮਾਂ ਮਰੇ ਤੇ ਆਇਆ ਕੀ ਵਿਚਾਰੇ ਦਾ ਆਉਣਾ ਉਹਦਾ ਫਿਰ ਕੀ ਕਰੀਏ ਮਾਸੀ ਉੱਥੇ ਕਿਹੜਾ ਆਪਦਾ ਜ਼ੋਰ ਚੱਲਦਾ ਬਗਾਨੇ ਹੱਥ ਡੋਰ ਹੁੰਦੀ ਹੈਗੀ ਤੇ ਹੁਣ ਪੁੱਤ ਕਦੋਂ ਜਾਣਾ ਫਿਰ ਰਾਜ ਨੇ ਬਸ ਆ ਰਹਿ ਗਏ ਜੀ ਦੋ ਚਾਰ ਦਿਨ ਫਿਰ ਜਾਣਾਗਾ ਮਨਪ੍ਰੀਤ ਤਾਂ ਹੁਣੀ ਗਈ ਹੈ ਚਾਚੀ ਚੱਲ ਪੁੱਤ ਕੁੜੀ ਨੇ ਤਾਂ ਆਪਦੇ ਘਰੇ ਜਾਣਾ ਹੀ ਸੀ ਹੁਣ ਕਿੰਨਾ ਚਿਰ ਹੋ ਗਿਆ ਰੋਂਦੀ ਪਿੱਟਦੀ ਨੂੰ ਉਹਨੂੰ ਵੀ ਅੱਜ ਕਿਹੜਾ ਵਿਚਾਰੀ ਸੌਖੀ ਗਈ ਹੈ ਅੱਗੇ ਜਦੋਂ ਮਾਂ ਜਾਂ ਤੋਰਦੀ ਉਹਨੂੰ ਆਪਦੇ ਹੱਥੀ ਵੇਖ ਲਾਏ ਪਿੱਛੇ ਮੁੜ ਮੁੜ ਦੇਖੀ ਜਾਂਦੀ ਅੱਜ ਜਵਾਕੜੀ ਸਬਰ ਦਾ ਘੁੱਟ ਭਰ ਕੇ ਤੁਰ ਗਈ ਜੇ ਅੱਜ ਭਾਈ ਪਿੱਛੇ ਦੇਖਣ ਨੂੰ ਕੁਛ ਹੋਵੇ ਚਾਚੀ ਫੇਰ ਹੀ ਦੇਖੇ ਕੋਈ ਨਾ ਪੁੱਤ ਹੁਣ ਤਾਂ ਫਿਰ ਹੌਸਲਾ ਕਰਨਾ ਹੀ ਪਊਗਾ ਆਪਦਾ ਦਿਲ ਸੰਭਾਲੋ ਮਾੜਾ ਮੋਟਾ ਬਸ ਧੀ ਰੋ ਨਾ ਸਿਆਣੀ ਬਣ ਬਸ ਰੋ ਕੇ ਕਿਹੜਾ ਹੋ ਮੁੜ ਕੇ ਆਜੂਗੀ ਉਹ ਸ਼ੇਰਾ ਜਿਹੜਾ ਪਾਣਾ ਵਰਤਣਾ ਸੀ ਉਹ ਤਾਂ ਆਪਣੇ ਨਾਲ ਦੇਖ ਵਰਤ ਗਿਆ ਤੂੰ ਬੜਾ ਦਿਮਾਗ ਦੇ ਬੋਝ ਨਾ ਰੱਖਿਆ ਕਰ ਉਹ ਮਗਰ ਤੂੰ ਆਪਦੇ ਘਰ ਵਾਲੀ ਬਾਰੇ ਉਹ ਕੁੜੀ ਬਾਰੇ ਉਹ ਇਹਨਾਂ ਬਾਰੇ ਮਾੜਾ ਮੋਟਾ ਸੋਚ ਉਹ ਤਾਂ ਗੱਲ ਠੀਕ ਹੈ ਤੇਰੀ ਚਾਚਾ ਪਰ ਜਿੰਨਾ ਭੁਲਾਉਣ ਦੀ ਕੋਸ਼ਿਸ਼ ਕਰਦੇ ਆ ਮਾਂ ਦੀਆਂ ਯਾਦਾਂ ਉਨੀਆਂ ਆਉਂਦੀਆਂ ਨੇ ਕੀ ਕੀਤਾ ਜਾਵੇ ਮਾਂ ਦਾ ਪਿਆਰ ਹੀ ਇਹੋ ਜਿਹਾ ਹੁੰਦਾ ਓਏ ਪੁੱਤ ਤਾਂ ਹੀ ਤਾਂ ਲੋਕ ਕਹਿੰਦੇ ਨੇ ਕਹਿੰਦੇ ਮਾਂ ਦਾ ਰੂਪ ਰੱਬ ਦਾ ਰੂਪ ਹੁੰਦਾ ਪੁੱਤ ਭੁੱਲਿਆ ਤਾਂ ਕਿੱਥੇ ਜਾਂਦਾ ਉਹ ਪਰ ਫਿਰ ਵੀ ਤੂੰ ਫੌਜੀ ਆ ਤੇਰਾ ਟੋਕਰੇ ਜੱਡਾ ਦਿਲ ਆ ਉਹ ਮਾੜਾ ਜਿਹਾ ਕਰੜਾ ਰਹਿ ਪੁੱਤ ਜੇ ਤੂੰ ਐ ਮਹਿਸੂਸਾ ਜਿਹਾ ਮੂੰਹ ਕਰਕੇ ਤੁਰਿਆ ਫਿਰਦਾ ਰਿਹਾ ਪਿੱਛੇ ਪਰਿਵਾਰ ਵਾਲਿਆਂ ਦਾ ਉਹੀ ਜੀ ਨਹੀਂ ਲਾਉਣਾ ਸਹੀ ਗੱਲ ਆ ਚਾਚਾ ਤੇਰੀ ਦੁਸ਼ਮਣ ਦੀ ਇੱਕ ਚ ਚਾਹੇ 100 ਗੋਲੀਆਂ ਮਾਰ ਦਈਏ ਪਰ ਮਾਂ ਦੇ ਮਾਮਲੇ ਚ ਫੌਜੀ ਦਾ ਦਿਲ ਵੀ ਇੱਕ ਮੋ ਮਰ ਗਏ ਹੁੰਦਾ ਆ ਆ ਦੇਖ ਮਨਪ੍ਰੀਤ ਨੂੰ ਛੱਡ ਕੇ ਆਇਆ ਸਾਰੇ ਰਾਹ ਰੋਂਦੀ ਗਈ ਹੈ ਕਮਲੀ ਦੀ ਕਹਿੰਦੀ ਮਾਂ ਦੀ ਯਾਦ ਆਈ ਜਾਂਦੀ ਹੈ ਕੀ ਕੀਤਾ ਜਾਵੇ ਹੁਣ ਚਾਚਾ ਓਏ ਜਦੋਂ ਵੀ ਉਹ ਜਾਂਦੀ ਸੀ ਇੱਥੋਂ ਦੇਖ ਲੈ ਕਿੰਨਾ ਉਹਨੂੰ ਪਿਆਰ ਕਰਦੀ ਸੀਗੀ
ਉਹਦੇ ਬਿਨਾ ਇੱਕ ਮਿੰਟ ਨਹੀਂ ਸੀ ਸਾਰਦੀ ਉਹ। ਸਹੀ ਗੱਲ ਹੈ ਹੈ। ਹੁਣ ਜਵਾਕ ਨੇ ਤਾਂ ਰੋਣੀ ਹੈ ਜਦੋਂ ਉਹਦੇ ਭਈ ਗੱਲਾਂ ਯਾਦ ਆਉਂਦੀਆਂ ਨੇ। ਅੱਜ ਪਹਿਲੀ ਵਾਰ ਆਪਦੀ ਮਾਂ ਤੋਂ ਬਿਨਾ ਗਈ ਆ ਉਹ। ਸਹੀ ਗੱਲ ਹੈ ਚਾਚਾ ਤੇਰੀ। ਜਿੱਦੇ ਮੈਂ ਛੁੱਟੀ ਕੱਟ ਕੇ ਗਿਆ ਉਹਦੇ ਦੇਖ ਮੈਨੂੰ ਬੈਠੀ ਐਂ ਕਹੀ ਜਾਂਦੀ ਸੀ, ਕਹਿੰਦੀ ਤੇਰੇ ਵਾਸਤੇ ਪੰਜੀਰੀ ਰਲਾ ਕੇ ਰੱਖੀ ਹੈ, ਪਿੰਨੀਆਂ ਬਣਾ ਕੇ ਰੱਖੀਆਂ, ਭੁੱਲ ਨਾ ਜਾਈ ਪੁੱਤ। ਪਤਾ ਸੀ ਵੀ ਆਉਂਦੀ ਛੁੱਟੀ ਨੂੰ ਮੇਰੇ ਸਾਹਮਣੇ ਨਹੀਂ ਹੋਣੀ ਮੇਰੀ ਮਾਂ। ਉਹ ਬਸ ਪੁੱਤ ਰੰਗ ਨੇ ਕਰਤਾਰ ਦੇ, ਉਹਦੇ ਬਿਨਾਂ ਪੱਤਾ ਵੀ ਨਹੀਂ ਝੂਲਦਾ। ਸਹੀ ਗੱਲ ਹੈ। ਜੇ ਇਹੋ ਜਿਹੀਆਂ ਗੱਲਾਂ ਹੁੰਦੀਆਂ ਹੋਣ ਉਹ ਆਪਾਂ ਬੰਦੇ ਨੂੰ ਮਰਨੀ ਨਾ ਦਈਏ। ਸਹੀ ਗੱਲ ਹੈ। ਤੇ ਤੂੰ ਕਦੋਂ ਕੁ ਜਾਣਾ ਆਪਣਾ ਉੱਥੇ ਵਾਪਸ? ਅੱਛਾ ਬਸ ਆ ਰਹਿ ਗਏ ਦੋ ਦਿਨ, 17 ਤਰੀਕ ਨੂੰ ਜਾਊਂਗਾ। ਅੱਛਾ ਫਿਰ ਉਹੀ 4 ਵਾਲੀ ਟ੍ਰੇਨ ਤੇ ਜਾਏਗਾ? ਹਾਂ ਹਾਂ ਚਾਚਾ 4 ਵਾਲੀ ਤੇ ਜਾਊਂਗਾ। ਅੱਛਾ ਅੱਛਾ ਅੱਛਾ। ਮੈਂ ਵੀ ਬਸ ਖੇਤ ਨੂੰ ਜਾਂਦਾ ਸੀਗਾ, ਹਰਜੀਤ ਨੂੰ ਡਿੱਕੀ ਜਾਂਦਾ, ਪਤਾ ਨਹੀਂ ਕਿੱਧਰੋਂ ਚੱਪ ਗਿਆ ਉਹ। ਚੱਲ ਕੋਈ ਨਹੀਂ ਚਾਚਾ ਜਾਇਆ, ਮੈਂ ਵੀ ਦੇਖਣਾ ਬਾਪੂ ਕੀ ਕਰੀ ਜਾਂਦਾ ਅੰਦਰ ਪਿਆ। ਹਾਂ ਹਾਂ ਤੂੰ ਵੀ ਕਰ ਲਾ ਅੰਦਰ ਰੈਸਟ। ਚੰਗਾ ਠੀਕ ਆ। ਹਰਜੀਤਾ ਉਹ ਕਿੱਧਰ ਤੁਰਿਆ ਫਿਰਦਾ, ਤੂੰ ਘਰੇ ਵੀ ਖੜ ਜਾ ਕਰ ਕਿਸੇ ਵੇਲੇ। ਓਏ ਬਾਪੂ ਮੈਂ ਤਾਂ ਮੁੰਡੇ ਕੋਲੇ ਗਿਆ ਸੀ, ਉਹ ਆਉਂਦਾ ਗਾ ਉਹਨੂੰ ਕਹਿ ਕੇ ਆਇਆਗਾ। ਓਏ ਕੀ ਕਹਿ ਕੇ ਆਇਆ, ਉਹਨੂੰ ਇੱਥੇ ਘਰੇ ਘੁਰੇ ਨਾ ਬੁਲਾ ਲਈ? ਉਹ ਤਾਂ ਬਾਪੂ ਤੂੰ ਹੀ ਤਾਂ ਕਿਹਾ ਸੀ ਉਹਨੂੰ ਸੱਦ ਨਹੀਂ, ਕਹਿੰਦਾ ਮੈਂ ਗੱਲ ਕਰੂੰਗਾ। ਓਏ ਤੂੰ ਜਿਹੇ ਜੀ ਤੇਰੀ ਮਾਂ ਨਾ ਕੁ ਝੁੱਡੂ ਉਹੇ ਜਿਹਾ ਤੂੰ ਆ, ਸਾਰਾ ਦਿਨ ਉਹਦੇ ਕੋਲੇ ਬਹਿ ਬਹਿ ਕੇ ਤੂੰ ਅੱਧਾ ਕਮਲਾ ਹੋ ਗਿਆ। ਉਹ ਤਾਂ ਹੀ ਤੈਨੂੰ ਕਹਿਣਾ ਕਿਸੇ ਸਿਆਣੇ ਬੰਦੇ ਕੋਲੇ ਬਹਿ ਜਾ ਕਰ, ਸਿਆਣੇ ਬੰਦੇ ਦੀਆਂ ਗੱਲਾਂ ਸੁਣ ਲਿਆ ਕਰ, ਕਿਰ ਤੇਰਾ ਦਿਮਾਗ ਖੁੱਲ ਜੂ ਮਾੜਾ ਮੋਟਾ। ਉਹ ਬਾਪੂ ਤੂੰ ਤਾਂ ਫਿਰ ਮੈਨੂੰ ਹੀ ਗੱਲ ਪੈ ਜਾਂਦਾ ਹੈਗਾ, ਗੱਲ ਟਿਕਾਈ ਨਾਲ ਦੱਸ ਦੇ ਕੀ ਗੱਲ ਲੱਗੀ। ਫਿਰ ਇਹੋ ਜੀ ਗੱਲ ਘਰੇ ਕਰੀ ਦੀ ਹੁੰਦੀ ਆ, ਉਹਨੂੰ ਪਿੰਡੋਂ ਬਾਹਰ ਬੁਲਾ ਲਾ ਉੱਥੇ। ਫਿਰ ਉਹ ਤਾਂ ਆਉਂਦਾ ਹੈਗਾ, ਉਹ ਤਾਂ ਤੂੰ ਕਹਿੰਦਾ ਅੱਗੇ ਪੈਸੇ ਦੇ ਲਈ ਗੱਲ ਮੈਂ ਕਰੂੰ, ਉਹਨੂੰ ਮੇਰੀ ਗੱਲ ਸੁਣ, ਹਜੇ ਤਾਂ ਪਹੁੰਚਿਆ ਵੀ ਨਹੀਂ ਹੁਣ ਆਪਣੀ ਪਿੰਡ ਦੀ, ਫਿਰ ਮੇਰਾ ਜੇ ਫੋਨ ਲੱਗ ਗੱਲ ਕਰਦੇ ਆ ਉਹਨੂੰ। ਚੱਲ ਆ ਉਹਨੂੰ ਫੋਨ, ਆ ਜਾ। ਗੰਦੀ ਲਾਦ ਵੀ ਕਿਸੇ ਤਰ੍ਹਾਂ ਹੋਵੇ। ਉਹ ਬਾਪੂ ਆ ਗਿਆ, ਮੇਰੀ ਗੱਲ ਸੁਣੋ, ਹੁਣ ਠੋਕ ਕੇ ਗੱਲ ਕਰੀਏ ਇਹਨਾਂ ਨਾਲ। ਓਏ ਹਰਜੀਤ ਨਹੀਂ ਹੈਗਾ, ਮੈਂ ਤੇਰਾ ਪਿਓ ਆ, ਮੈਂ ਆਪੀ ਗੱਲ ਕਰ ਲੂ, ਵਿੱਚ ਤੂੰ ਨਾ ਮਜ਼ਾਕ ਮਾਰੀ। ਕੀ ਹਾਲ ਆ ਸ਼ੇਰਾ? ਠੀਕ ਆ ਠੀਕ ਆ ਬਾਈ ਠੀਕ ਆ। ਉਹ ਬਾਲੀ ਲੇਟ ਹੋਇਆ, ਕਦੋਂ ਦੇ ਡਿੱਕੀ ਜਾਂਦੇ ਆ ਯਾਰ? ਉਹ ਯਾਰ ਚੱਪੇ ਚੱਪੇ ਤੇ ਪੁਲਿਸ ਖੜੀ ਆ, ਮਸਾਂ ਬਾਜਦਾ ਬਚਾਉਣ ਆਇਆ, 10-15 ਕਿਸ ਮੇਰੇ ਤੇ ਪਹਿਲਾਂ ਚੱਲਦੇ, ਤੁਸੀਂ ਕੰਮ ਦੀ ਗੱਲ ਕਰੋ ਯਾਰ। ਉਹ ਕੰਮ ਦੀ ਗੱਲ ਦਾ ਸ਼ੇਰਾ ਇਹ ਆ, ਆ ਚੱਕ ਮੁੰਡੇ ਦੀ ਫੋਟੋ ਤੇ ਇਹਦਾ ਕੰਮ ਤਮਾਮ ਕਰਨਾ, ਤੇ ਕੰਮ ਤਮਾਮ ਹੀ 2-3 ਮਿੰਟਾਂ 'ਚ ਹੀ ਕਰਨਾ। ਇਹ ਤਾਂ ਪੈ ਗਿਆ ਪਊਗਾ, ਤੁਸੀਂ ਕੈਸ਼ ਕੈਸ਼ ਕੱਢੋ। ਉਹ ਕੈਸ਼ ਤਾਂ ਸ਼ੇਰਾ ਮੈਂ ਕਾਲੀ ਕਾਲੀ 'ਚ ਘਰੇ ਭੁੱਲਿਆ। ਉਹ ਯਾਰ ਘਰੇ ਭੁੱਲਣ ਵਾਲਾ ਕਿਹੜਾ ਕੰਮ ਆ, ਫੁੱਦੂ ਕੰਮ ਕਰਦੇ ਯਾਰ ਤੁਸੀਂ। ਉਹ ਲੈ ਤੂੰ ਗੁੱਸੇ ਕਾਹਨੂੰ ਹੋਣਾ ਸ਼ੇਰਾ, ਆ ਜਾ ਤੈਨੂੰ ਘਰੋਂ ਰਕਮ ਗਿਣ ਦਾ ਨਾਮ ਹੈ। ਚੱਲ ਚੱਲ ਯਾਰ ਚੰਗਾ। ਉਹ ਨਾਲੇ ਮੇਰੀ ਗੱਲ ਸੁਣ, ਜੇ ਤੂੰ ਘਰੇ ਜਾਏਗਾ ਨਾ, ਬੁੜੀਆਂ ਦੇ ਕੰਨੋ ਕੰਨ ਖਬਰ ਨਹੀਂ ਹੋਣੀ ਚਾਹੀਦੀ। ਪਰਵਾਹ ਨਾ ਮੰਨੋ ਯਾਰ, ਉਹ ਕਿਤੇ ਊ ਨਾ ਮੂੰਹ ਖੋਲਦੀ ਬੰਦਰਾ। ਨਹੀਂ ਨਹੀਂ ਉਹ ਚਾਹੋ ਲਿਆ ਮੋਟਰਸਾਈਕਲ ਤੋਂ, ਚੱਲ ਆ ਜਾ ਬਾਈ। ਸਤਿ ਸ੍ਰੀ ਅਕਾਲ ਭਾਈ, ਹੋਰ ਠੀਕ ਹੈ ਬਾਈ? ਹਾਂ ਠੀਕ ਹੈ ਭਾਈ, ਵਧੀਆ। ਮੇਰੀ ਗੱਲ ਸੁਣ ਸਿੰਦਰੇ, ਆ ਛੱਡ ਸਾਰੇ ਰੋਣੇ ਧੋਣੇ, ਆਪਦੇ ਮੁੰਡੇ ਦੀ ਵੀ ਸੁੱਖ ਮੰਗ ਲੈ। ਆ ਬਾਈ ਆਇਆ ਸੀ, ਕਹਿੰਦਾ ਮੈਂ ਕੁੜੀ ਦੇਖੀ ਆ। ਨਹੀਂ ਉਹੀ ਤਾਂ ਹੈ ਬੜੀਏ, ਹੁਣ ਮੈਂ ਕਰਾਂ ਕੀ ਜਦੋਂ ਸੋਣੀ ਆ ਘਰ ਦੇ ਵਿੱਚ, ਘਰ ਹੈ ਕੋਈ ਦੂਰ ਪਾਰ ਹੋਵੇ ਚੱਲ ਬੰਦਾ ਪਾਸਾ ਵੱਟ ਲੈਂਦਾ, ਹੁਣ ਜਦੋਂ ਬਹੂ ਜੀ ਸਾਰਾ ਦਿਨ ਰੋਈ ਜਾਂਦੀ ਆ ਫਿਰ ਤੈਨੂੰ ਪਤਾ ਜਾਣਾ ਪੈਂਦਾ ਹੈਗਾ। ਹੋਰ ਭਾਈ ਰਿਸ਼ਤੇ ਤਾਂ ਮੇਰੀ ਨਿਗਾਹ ਚ ਆ ਗਏ ਸੀ, ਉਹਦੀ 2-3 ਰਿਸ਼ਤੇ ਨੇ, ਵਧੀਆ ਰਿਸ਼ਤੇ ਸੀ ਯਾਰ, ਪਰ ਆਉਂਦੇ ਨਹੀਂ ਸੋਹਣੇ ਲੱਗਦੇ, ਥੋੜਾ ਕੰਮ ਹੀ ਇਹੋ ਜਿਹਾ ਸੀ। ਤੇ ਮੈਂ ਤਾਂ ਹੁਣ ਆਇਆ ਮੁੰਡੇ ਦੀ ਫੋਟੋ ਲੈਣ। ਫੋਟੋ ਤਾਂ ਬਾਈ ਮੈਂ ਤੈਨੂੰ ਹੁਣੇ ਲਿਆ ਕੇ ਦੇ ਦਿੰਨੀ ਆ, ਤੇ ਕਿੱਥੇ ਫਿਰ ਦੇਖਿਆ ਹੈਗਾ? ਆਪਣੇ ਨਾਲ ਹੀ ਹੈ ਪਿੰਡ ਵਾਲੀ, ਇੱਕ ਹੈ ਵਧੀਆ ਸੋਹਣਾ ਪਰਿਵਾਰ ਹੈ, ਸਿਆਣੇ ਨੇ ਜਵਾਕ, ਵਧੀਆ ਚਾਚਾ ਮੁਲਾਜ਼ਮ ਹੈ, ਮੁਲਾਜ਼ਮ ਨੇ ਚੰਗੇ ਨੇ, ਪਾਣੀਆਂ ਵਰਗੇ ਬੰਦੇ ਹੈ। ਕੁੜੀ ਕਿੰਨਾ ਕੁ ਪੜ੍ਹੀ ਹੈ ਬਾਈ? ਕੁੜੀ ਮਤਲਬ ਪਲੱਸ 2 ਕਰੀ ਹੈ ਭਾਈ, ਵਧੀਆ ਸਿਆਣੀ ਕੁੜੀ ਹੈ, ਸੋਹਣੀ ਹੈ ਕੁੜੀ। ਠੀਕ ਹੈ ਚੱਲ ਬਾਈ ਮੈਂ ਤੈਨੂੰ ਲਿਆ ਕੇ ਦਿੰਦੀ ਆ, ਫੋਟੋ ਲਿਆ ਦੇ ਮੈਨੂੰ ਭਾਈ। ਮੇਰੀ ਗੱਲ ਸੁਣ ਤਾਰੇ, ਹੁਣ ਚਾਹੇ ਇਹਨਾਂ ਨੂੰ 1 ਲੱਖ ਦਾ 2 ਲੱਖ ਕਹਿ ਦੀ, ਮੈਂ ਭਾਈ ਅੱਧ ਲਾਉਂਗੀ, ਠੀਕ ਹੈ? ਇਹਨਾਂ ਦੇ ਮੁੰਡੇ ਨੂੰ ਨਹੀਂ ਹੁੰਦਾ ਰਿਸ਼ਤਾ, ਹੁਣ ਤੂੰ ਜਿਵੇਂ ਮਰਜ਼ੀ ਕਰਕੇ ਛੇਤੀ ਕਰਾ ਦੀ ਰਿਸ਼ਤਾ। ਚਲ ਉਹ ਤਾਂ ਆਪਾਂ ਹੁਣ ਗੱਲ ਖੋਲ ਲੈ, ਕੁਛ ਤੁਸੀਂ ਵੀ ਖਿੱਚਿਓ। ਹਾਂ ਹਾਂ ਮੈਂ ਆਪੇ ਕਹਿ ਦੂੰਗੀ, ਖਿੱਚ ਕੇ ਰੱਖਿਓ ਫੇਰ ਹੀ ਲੋਟ ਆਉਣਗੇ, ਐਵੇਂ ਤਾਂ ਕਿਤੇ ਡਰਾ ਕੇ। ਲੈ ਆ ਗਈ, ਆ ਲੈ ਬਾਈ ਫੋਟੋ, ਕੁਦਰਤੀ ਮੁੰਡੇ ਦੀ ਪਈ ਸੀ ਇੱਕ ਫੋਟੋ ਲਾਈ, ਉਹ ਤਾਂ ਤੈਨੂੰ ਪਤਾ ਅੱਜ ਕੱਲ ਜਵਾਕ ਜਿਹਾ ਫੋਨਾਂ 'ਚ ਖਿੱਚੀ ਜਾਂਦੇ ਹੈਗੇ। ਨਹੀਂ ਆ ਠੀਕ ਹੈ ਭਾਈ, ਜਿਹੜਾ ਸ਼ੁਰੂ ਤੋਂ ਬਣਿਆ ਆਉਂਦਾ ਫੋਨਾਂ ਫੋਨ ਨਾਲੇ ਤਾਂ ਕਿਹੜੇ ਰੰਗ ਟੰਗ ਬਦਲ ਦਿੰਦੇ ਨੇ ਮੁੜ ਕੇ, ਪਤਾ ਨਹੀਂ। ਉਹੀ ਹੈ ਬਾਈ, ਫਿਰ ਉਹਦੇ 'ਚ ਸਾਫ ਪਤਾ ਵੀ ਨਹੀਂ ਲੱਗਦਾ ਚਿਹਰਾ ਜਵਾਕ। ਚੰਗਾ ਭਾਈ ਫਿਰ ਮੈਂ ਚੱਲਦਾ। ਠੀਕ ਹੈ ਬਾਈ ਚੰਗਾ, ਠੀਕ ਹੈ ਭਾਈ। ਨਹੀਂ ਚੱਲ ਵਧੀਆ, ਆ ਤਾਂ ਵਧੀਆ ਕੀਤਾ ਤੈਂ। ਉਹੀ ਤਾਂ ਗੱਲ ਹੈ, ਮੇਰੀ ਗੱਲ ਸੁਣ, ਰਿਸ਼ਤਾ ਤਾਂ ਇਹ ਕਰਾ ਦੂਗਾ, ਜੇ ਆਪਾਂ ਨੂੰ ਕੁੜੀ ਪਸੰਦ ਆ ਗਈ ਬਾਹਰ ਦੀ ਬਾਹਰ ਆਪਾਂ ਤਾਂ ਦੇਖ ਲਾਂਗੇ, ਆਪਾਂ ਕਿਹੜਾ ਇਹਨਾਂ 'ਚ ਰੋਲਾ ਪਾਉਣਾ। ਨਹੀਂ ਉਹੀ ਹੈ, ਲੰਮੇ ਤਾਂ ਭਾਫ ਨਹੀਂ ਕੱਢਦੀ ਇਹਨਾਂ ਕੋਲੇ, ਨਾਲੇ ਤੈਨੂੰ ਪਤਾ ਇਹ ਕਿੱਥੇ ਰਾਜੀ ਨੇ ਮੇਰੇ ਮੁੰਡੇ ਤੇ। ਆਹੋ ਬਸ ਕਿਸੇ ਕੋਲ ਗੱਲ ਕਰਨ ਦੀ ਲੋੜ ਹੀ ਨਹੀਂ ਹੈਗੀ, ਚੁੱਪ ਚਪੀਤੇ ਕਰ ਦਾਂਗੇ। ਚੱਲ ਚੰਗਾ, ਮੈਂ ਵੀ ਜਾਂਦੀ ਹਾਂ ਘਰੇ। ਚੱਲ ਚੰਗਾ, ਚੱਲ ਸ਼ੁਕਰ ਹੈ ਜੇ ਕਿਤੇ ਬਣੂ ਗੱਲ ਜਵਾਕ ਦੀ। ਆਇਆ ਸੀਗਾ।
ठीक है भाई देख लो कोनी कोनी भाई कोनी ओए आ आ आ सेरा लंगया श्रीकार माता श्रीकाल पुत्र ओ जा तू ऐ कर जेड़े तेनु कल पैसे फड़ाए सी ना 100 रुपया ओ लिया चक मैं पहचाने नहीं मुंडा कौन ओए मुंडा बाहरों आ तू नहीं इनू जानदी जेड़ा तेनु काम कहया ओ कर जा भज्जा लिया देनी भाई पानी लेके मैं ना ना बस यार काली है चा बना लेने घुट बस भाई मैं भी तेन दबा चुप कर जा आलो आला शेरा गिन ला भाई ना ना गिन दी लोड़ी नहीं विश्वास है थोड़े ते चल ठीक है मेनू आए तो दस दे मुंडा है कौन है ओए तू नहीं नु जान दी हैगी एदा पिंड जो मुंडा नु 100,000 रुपया 3 रुपया सैकड़े दे ब्याज नाल ऊ दित्ता ब्याज ते आपा बे तू लालच दा मारया ना जेड़े 4 पैसे कोले ओ भी ना डोबली ओए कोई नहीं डोबदा हुंदा ओनु लोड आ गई लोड मैं कदे ए देखया नहीं पहाड़िया नहीं मेनू तो देख लो शकल तू किवें जे लगदा सी किवें चकमे पैरी जे बग गया ए ठगी करू तेरे नाल ओए काली हुंदी अगले ने गाहां जवान करी हुंदी गाहां देने होणगे किसे नू पैसे तू ऐ कर जा घुट चाह बना सिरजा दुखी जांदा मेरा इहनू चाह दी घुट तां मैं बणानी मेरी गल सुन ले तांस दे पत्तियां वांगू ना बंडिया कर पैसे कोई औखे टाइम कम आउणगे ओ चल चंगा जा तू जा चल मां क्यों लड़ी जांदी तू बग जा ओए बिना गल तू लड़ी नहीं बाप तू भी हौली बोल पिया कर इहनू नहीं बुढ़िया नू पता हुंदा किसे गल दा ओ तू मेरी गल सुन हुण इहदे कोले ना कोई भाफ कढ दी गिच्ची पिछे मत हुंदी आ इहने तां सारे पिंड च डोरू बजा देना बापू मैं जेडे साहब तुम लड़ते गए तू ना हरख के दस दे बिना गल तू मैं तो दस की लेना मैं तो डर लगी था पता नहीं कम करू के ना वह एडिया बड़िया गल्ला हो गई पहला मैं मूह खोलिया बस थोड़ी जबान ते मैं यकीन नहीं है थोड़ी जबान कदों फिसल जे मेनू जेल कराएगा प्यो पुत नू मरवाई जांदा वा चल आपां नू की आपां तां कम कढ के पार बोलना प्यो होवे जिहे पुत होवे राज कर ली शेरा तैयारी फिर हां बापू जी सारा समान पा लिया मैं बैग च ओ भाई गौर नाल आदे चीजां चक ली कोई रह ना जावे नहीं नहीं बापू जी कोई चीज नहीं मैं भुलदा हैगा अमन गल सुन तू अपने घर दा ख्याल रखी पहला तो अपने घर दा ख्याल रखने वास्ते मां सी तैनू पता है हुण ओह इस दुनिया ते नहीं रही हुण सारी जिम्मेवारी तेरे सिर है नाले इस घर दी ते नाले मनप्रीत दी नाले मनप्रीत दा भी तू पूरा ख्याल रख्या कर कोई नहीं 2 महीनों नूं ओहदा वीजा आ जाऊगा उदों मैं छुट्टी लेके आऊंगा आपां उदों मिल के आवांगे उहनूं तुसीं फिकर ना करो जी तुसीं बेचिंत हो के आपदी नौकरी करो इत्थों दा फिकर तुसीं छड्ड दो नाले मैं बापू दा ख्याल रखूंगी नाले मनप्रीत दा मैं ते बापू मनप्रीत कोले जा आवांगे एक वारी थोड़े आउण तों पहलां पहलां मैनूं तेरे तों इही उम्मीद सी अमन सही गल आ अज मां हुंदी मां ने अहीं करी जाणा सी जिन्ना चिर तुसीं तुरना नहीं सी पिन्नियां पातियां पुत पंजीरी पाती पुत सौ लगे दिल तां बहुत दुखी आ वी मां हुंदी तां धरती पैर नहीं लगणे सी अज चल कानू आपदा मन दुखी करदी ऐ हुण रब दीआं गल्लां ने उहनूं कौण जाण सकदा सही गल आ ताल तां नहीं उहनूं सकदे पता नहीं क्यों ਐਂ ਲੱਗਦਾ ਰਹਿੰਦਾ ਵੀ ਮਾਂ ਕਿਸੇ ਨਾ ਕਿਸੇ ਪਾਸੇ ਜ਼ਰੂਰ ਆਊਗੀ ਸੋਰੀਏ ਕਿਉਂ ਕਾਮੜੀਆਂ ਗੱਲਾਂ ਕਰਦੀਆਂ ਜਿਹੜੇ ਇਥੋਂ ਤੁਰ ਗਏ ਉਹ ਮੁੜ ਕੇ ਕਦੇ ਆਏ ਨੇ ਸਹੀ ਗੱਲ ਆ ਬਾਪੂ ਜੀ ਤੁਹਾਡੀ ਬਾਪੂ ਜੀ ਤੁਰ ਗਏ ਤਾਂ ਨਹੀਂ ਵਾਪਸ ਆਉਂਦੇ ਪਰ ਮਾਂ ਦੀਆਂ ਯਾਦਾਂ ਨੂੰ ਵੀ ਅਸੀਂ ਕਿਵੇਂ ਭੁਲਾਈਏ ਸਹੀ ਗੱਲ ਮੈਨੂੰ ਵੀ ਪਤਾ ਸ਼ੇਰਾ ਮਾਂ ਤਾਂ ਮਾਂ ਹੀ ਹੁੰਦੀ ਆ ਭਾਈ ਬਾਪੂ ਜੀ ਮਨਪ੍ਰੀਤ ਕਿਵੇਂ ਤੁਰੀ ਆਉਂਦੀ ਆ ਭੁੱਲਦੀਆਂ ਹੁੰਦੀਆਂ ਨੇ ਮੈਨੂੰ ਤਾਂ ਐ ਸੀਗਾ ਚੱਲ ਕਾਹਦੇ ਵਾਸਤੇ ਉਹਨੂੰ ਫੋਨ ਕਰਨਾ ਆ ਥੋੜੇ ਕੁ ਦਿਨ ਤਾਂ ਹੋਏ ਨੇ ਉਹਨੂੰ ਗਈ ਨੂੰ ਨਾਲੇ ਮੇਰੇ ਪਿੱਛੋਂ ਫਿਰ ਤੈਨੂੰ ਛੱਡ ਕੇ ਆਉਣ ਵਾਲਾ ਹੈ ਨਹੀਂ ਸੀ ਕੋਈ ਓਹੋ ਵੀਰੇ ਤੇਰੇ ਫੋਨ ਦੀ ਮੈਨੂੰ ਲੋੜ ਵੀ ਨਹੀਂ ਸੀ ਮਾਂ ਰਾਤ ਮੇਰੇ ਸੁਪਨੇ ਚ ਆ ਗਈ ਸੀ ਕਹਿੰਦੀ ਕੀ ਗੱਲ ਇਸ ਵਾਰੀ ਆਪਦੇ ਵੀਰੇ ਨੂੰ ਤੋਰਨ ਨਹੀਂ ਜਾਏਂਗੀ ਮੈਂ ਤਾਂ ਉਦੋਂ ਹੀ ਸਵੇਰ ਭੱਜੀ ਆਈ ਸਹੀ ਗੱਲ ਆ ਮਾਂ ਤਾਂ ਸਾਰਿਆਂ ਦੇ ਆਪੀ ਹੋਕੇ ਦਿੰਦੀ ਫਿਰਦੀ ਆ ਵੀ ਆ ਜਾਓ ਭਾਈ ਮੇਰੇ ਪੁੱਤ ਨੇ ਜਾਣਾ ਜਿਵੇਂ ਪਹਿਲਾਂ ਤੁਰੀ ਫਿਰਦੀ ਹੁੰਦੀ ਸੀਗੀ
अज मेरे पुत ने जाना, मिल जो तुसी आके। आंढ गुआंढ दे विच भी तुरी फिरती सी, यही गल्लां करी जांदे सी। मनप्रीत तैनू किवें भुल सकदा तेरा भरा, सही कहिंदा तेरा वीर, कदे भी आपदे वीर भैणां नूं नहीं भुलदे हुंदे। भाभी मन ना हौला कर, फिर की हो गया, मां दी कमी तां रड़कदी रहूगी पर हमेशा मां ना अपने नाल ही आ। सही गल है, मैं तां पहले इन्हां नूं कह के हटी आ ਵੀ ਪਤਾ ਨੀ ਕਿਉਂ ਐ ਲੱਗਦਾ ਰਹਿੰਦਾ ਵੀ ਇਧਰੋਂ ਵੀ ਮਾਂ ਆਈ ਇਧਰੋਂ ਵੀ ਮਾਂ ਆਊਗੀ। ਓਏ ਚੱਲ ਕਾਹਨੂੰ ਇਹਦਾ ਮਨ ਦੁਖੀ ਕਰਦੀਆਂ, ਲਿਆ ਕੇ ਪਾਣੀ ਪੂਣੀ ਪਿਆ ਦੇ ਕੁੜੀ ਨੂੰ। ਹਾਂ ਹਾਂ ਮੈਂ ਲੈ ਕੇ ਆਉਣੀ ਹੈ ਪਾਣੀ, ਤੁਸੀਂ ਕਰੋ ਗੱਲ। ਹਾਂ ਨਾਲੇ ਇਸ ਵਾਰੀ ਵੀਰੇ ਨੂੰ ਮੇਰੀ ਕਿੱਥੇ ਲੋੜ ਸੀ, ਪੈਕਿੰਗ ਕਰਨ ਵਾਸਤੇ ਤਾਂ ਭਾਬੀ ਜੀ ਆ ਗਏ ਸਾਡੇ। ਓਏ ਨਹੀਂ ਨਹੀਂ ਕਮਲੀਏ, ਇਹੋ ਜਿਹੀਆਂ ਗੱਲਾਂ ਕਾਹਨੂੰ ਕਰਦੀਆਂ, ਤੇਰੀ ਥਾਂ ਉਹ ਕਿਵੇਂ ਲੈ ਸਕਦੀ ਹੈ ਭਲਾ ਦੀ। ਲੈ ਵੀਰੇ ਮੈਂ ਤਾਂ ਤੈਨੂੰ ਹੀ ਹਸਾਉਣੀ ਆ, ਮਜ਼ਾਕ ਕਰੀ ਜਾਂਦੀ ਆ। ਚੱਲ ਹੋਰ ਦੱਸ, ਤੇਰੇ ਸਹੁਰੇ ਸਾਰੇ ਠੀਕ ਸੀਗੇ? ਵਧੀਆ ਸੀ, ਨਾਲੇ ਇਹ ਗੱਲ ਨਾ ਕਹਿ ਵੀ ਮਾਸੀ ਮਾਸੜ ਕਹਿਣਗੇ ਤੀਜੇ ਦਿਨ ਆ ਜਾਂਦੀ ਆ ਜਾਂ ਤੂੰ ਸੋਚਦਾ ਹੋਵੇਂ, ਹਨਾ। ਉਹਨਾਂ ਨੂੰ ਵੀ ਪਤਾ ਹੀ ਆ ਵੀ ਸੌ ਸੁੱਖਾਂ ਦਾ ਮੇਰਾ ਕੱਲਾ ਕੱਲਾ ਭਾਈ ਆ। ਚੱਲ ਭੈਣੇ, ਫਿਰ ਵੀ ਸਾਡੇ ਮਨ ਨੂੰ ਤਾਂ ਇਹੀਆਂ ਗੱਲਾਂ ਲੱਗਦੀਆਂ ਰਹਿੰਦੀਆਂ ਨਾ ਵੀ ਕਈ ਵਾਰੀ ਕਿਤੇ ਉੱਥੇ ਤੈਨੂੰ ਕੋਈ ਝਿੜਕੀ ਨਾ ਦੇਵੇ, ਹਨਾ। ਨਾ ਤੇਰੇ ਵੀਰਾ ਐ ਕਹਿੰਦਾ ਸੀ, ਕਹਿੰਦਾ ਮੈਨੂੰ ਆਏ ਆ ਜੇ ਆਪਾਂ ਮਨਪ੍ਰੀਤ ਨੂੰ ਫੋਨ ਕਰਦੇ ਆ ਫਿਰ ਕੋਈ ਛੱਡ ਕੇ ਆਉਣ ਵਾਲਾ ਨਹੀਂ, ਕਹਿੰਦਾ ਫਿਰ ਤੂੰ ਇਕੱਲੀ ਰਹਿ ਜਾਏਂਗੀ, ਚੱਲ ਕਹਿੰਦਾ ਬਾਅਦ ਚ ਆ ਜਾਊਗੀ ਤੁਹਾਡੇ ਕੋਲ। ਲੈ ਮੇਰਾ ਬਾਪੂ ਜਿੰਦਾਬਾਦ ਬੈਠਾ ਤਾਂ ਹੈ, ਆਪੇ ਛੱਡ ਕੇ ਆਊਗਾ। ਚੱਲ ਚੰਗਾ, ਕੋਈ ਗੱਲ ਨਹੀਂ, ਹੁਣ ਤੂੰ ਆ ਗਈ। ਵਧੀਆ ਹੋ ਗਿਆ ਸੌਰੀਏ, ਮੌਕੇ ਤੇ ਆ ਗਈ, ਉਹਦੇ ਭਰਾ ਨੂੰ ਮਿਲ ਜਾਏਂਗੀ, ਮੁੜ ਕੇ ਨਹੀਂ ਪਤਾ 3 ਮਹੀਨੇ ਨੂੰ ਆਊਗਾ ਕਿ 4 ਨੂੰ ਆਊਗਾ। ਸਹੀ ਗੱਲ ਆ, ਰੌਣਕ ਲੱਗ ਗਈ ਭੈਣ ਦੇ ਆਉਣ ਨਾਲ 2 ਮਿੰਟਾਂ 'ਚ। ਹੁਣ ਚੱਲ ਜਦੋਂ ਆਈ ਆ 10 ਦਿਨ ਰਹਿ ਕੇ ਵਗ ਜੀ, ਹੁਣ ਮਾਸੀ ਮਾਸੜ ਕਿਹੜਾ ਵਿਚਾਰੇ ਕੁਛ ਕਹਿੰਦੇ ਨੇ। ਉਹਨਾਂ ਦਾ ਰਾਜ ਦੇਖ ਲੈ, ਗੱਲਾਂ ਹੀ ਨੇ ਆਪਣੀਆਂ, ਹਨਾ। ਜਦੋਂ ਤੂੰ ਜਾਂਦਾ ਸੀ ਜਾਂ ਆਉਂਦਾ ਸੀ ਤੇਰੀ ਮਾਂ ਦੇ ਲੈ 100-100 ਸਗਨ ਮਨਾਉਂਦੀ ਸੀ। ਸਹੀ ਗੱਲ ਹੈ ਬਾਪੂ। ਹਾਂ ਸਹੀ ਗੱਲ ਹੈ ਉਹ ਤਾਂ ਬਾਪੂ। ਚੱਲ ਕੋਈ ਨਹੀਂ, ਹੁਣ ਭੈਣ ਹੈਗੀ ਹੈ ਨਾ ਸਗਨ ਮਨਾਉਣ ਨੂੰ, ਮੈਂ ਤੋਰੂੰਗੀ ਇਸ ਵਾਰੀ ਆਪਦੇ ਭਰਾ ਨੂੰ। ਚੱਲ ਭਾਈ ਉੱਥੋਂ ਆਉਣ ਵੇਲੇ ਇਹਨੂੰ ਪਹਿਲਾਂ ਫੋਨ ਕਰ ਦਿਆ ਕਰੀ, ਇਹ ਮੂਹਰੇ ਆ ਜਾਇਆ ਕਰੂ। ਕੋਈ ਗੱਲ ਨਹੀਂ ਬਾਪੂ ਜੀ, ਗਲਤੀ ਹੋ ਗਈ ਮੈਥੋਂ। ਚੱਲ ਤੁਸੀਂ ਬੈਠੋ ਤੇ ਮੈਂ ਚਾਹ ਬਣਾਉਣੀ ਆ ਸਾਰਿਆਂ ਵਾਸਤੇ। ਉਹ ਚੱਲ ਅਮਣ, ਚਾਹ ਨੂੰ ਕੀ ਹੈ, ਤੂੰ ਬਹਿ ਜਾ, ਆਪਾਂ 10 ਮਿੰਟ ਗੱਲਾਂ ਕਰਦੇ ਆ, ਬਹਿ ਜਾ। ਭਾਈ ਮੇਰੀ ਗੱਲ ਸੁਣੀ, ਮੈਂ ਸੁਣਿਆ ਉੱਥੇ ਕੰਟੀਨ ਚ ਸਮਾਨ ਸਮੂਨ ਬਾਲਾ ਸਸਤਾ ਹੁੰਦਾ। ਹਾਂ ਹਾਂ ਭੈਣੇ, ਸਾਰਾ ਕੁਝ ਸਸਤਾ ਹੁੰਦਾ, ਤੂੰ ਦੱਸ ਕੀ ਮੰਗਾਉਣਾ, ਲਿਆ ਦੂੰਗਾ ਤੈਨੂੰ। ਤੈਨੂੰ ਫਿਰ ਪਤਾ ਤਾਂ ਹੈ ਮੈਂ ਤਾਂ ਸ਼ੁਰੂ ਤੋਂ ਚੌਕ ਚੁਕਲੇਟਾਂ ਖਾਣੀ ਆ, ਮੈਨੂੰ ਵਾਵਾ ਸਾਰੀਆਂ ਲਿਆ ਦੀ। ਕੋਈ ਗੱਲ ਨਹੀਂ, ਐਤਕੀ ਝੋਲਾ ਭਰ ਕੇ ਲਿਆ ਦੂੰ ਜਦੋਂ ਆਇਆ। ਕਾਂਬਲੀਏ ਸਿਆਣੀ ਬੇਣੀ ਹੋ ਗਈ, ਹਜੇ ਚੌਕਲੇਟਾਂ ਦਾ ਖੜਾ ਨਾ। ਨਾ ਬਾਪੂ, ਉਹ ਬਾਪੂ ਐਂ ਕੋ ਡਰਦਾ? ਉਹ ਜਦੋਂ ਤੇਰੇ ਵਰਗੀ ਗੰਦੀ ਲਾਦ ਹੋਵੇ ਬੰਦਾ ਡਰੇ ਨਾ, ਹੋਰ ਕੀ ਕਰੇ। ਤੂੰ ਤਾਂ ਮਾਰੀ ਖੜਾ ਹੈ ਹਿਸਾਬ ਨਾਲ ਰਾਜ ਨੂੰ। ਉਹ ਮੇਰੀ ਗੱਲ ਸੁਣ, ਜਿਹੜਾ ਤੈਨੂੰ ਕੰਮ ਕਿਹਾ ਸੀ ਉਹ ਕਰਤਾ ਕਿ ਨਹੀਂ? ਉਹ ਬਾਪੂ ਮੈਂ ਤਾਰਾਂ ਨੰਗੀਆਂ ਕਰਤੀਆਂ ਫ੍ਰਿਜ ਦੀਆਂ, ਸਿਲੰਡਰ ਛੱਡਣ ਵਾਲਾ ਬਾਕੀ ਸੀ, ਉਹ ਕੁੜੀ ਜਾ ਕੇ ਮਰ ਗਈ, ਪਤਾ ਨਹੀਂ ਕਿੱਥੋਂ ਆ ਗਈ। ਮੇਰੀ ਗੱਲ ਸੁਣ, ਸਿਲੰਡਰ ਲੀਕ ਕਰਦੀ, ਉਧਰੋਂ ਤਾਂ ਫੌਜੀ ਦਾ ਗੇਟ ਤੇ ਪਟਾਕਾ ਪੈ ਜੂ, ਠੀਕ ਹੈ? ਉਧਰੋਂ ਉਹਨੂੰ ਮੈਂ ਦਹੀਂ ਲੈਣ ਭੇਜੂਗਾ, ਉਧਰੋਂ ਉਹਨਾਂ ਦੀ ਬਹੂ ਜੀ ਚੱਲ ਜੂ। ਦੋ ਵਾਰੀ ਫੋਨ ਕਰ ਲੇ ਉਹਨੂੰ, ਸਾਰਾ ਫੌਜੀ ਦਾ ਟਾਈਮ ਦੱਸਤਾ ਮੈਂ ਵੀ ਇੰਨੇ ਵਜੇ ਜਾਊਗਾ। ਉਹਨੂੰ ਦੱਸ ਦੇ ਵੀ ਗੇਟ ਤੇ ਆਉਣ ਸਾਰੀ ਮਾਰੀ ਗੋਲੀ। ਓਏ ਉਹਨੇ ਤਾਂ ਉਹਦੀ ਪਟਾਕਾ ਪਾ ਦੇਣਾ, ਤੂੰ ਟੈਨਸ਼ਨ ਕਾਹਨੂੰ ਲੈਣਾ? ਬਸ ਫਿਰ ਮੇਰੀ ਗੱਲ ਸੁਣ, ਮੈਂ ਜਾ ਕੇ ਉਹਨਾਂ ਨੂੰ ਗੱਲੀ ਲਾਉਣਾ, ਤੂੰ ਐਂ ਕਰ ਮੇਰੇ ਨਾਲ ਆ ਜਾ, ਤੂੰ ਗੈਸ ਲੀਕ ਕਰੇ ਸਿੱਧਾ ਰਸੋਈ ਚ ਟੱਪ ਜੀ। ਓਏ ਬਾਪੂ ਮੈਂ ਟੱਪ ਜੂ, ਤੂੰ ਕਾਮਲਾ ਕਹਵੇਂ, ਜੇ ਨਾ ਉਹ ਤੋਂ ਮਰਿਆ ਫਿਰ ਆਪਾਂ ਕੀ ਸਿਆਪਾ ਕਰਾਂਗੇ, ਪਸਤੌਲ ਜਾ ਗੱਲ ਆ ਨਾਲ ਥਾਂ ਤੇ ਮਾਰ ਦੀ। ਓਏ ਆ ਤਾਂ ਬਾਲੀ ਵਧੀਆ ਗੱਲ ਕਰੀ, ਜੇ ਉਹਨੇ ਕੰਮ ਨਾ ਨਾ ਤਮਾਮ ਕਰਿਆ ਇਹ ਫਿਰ ਮੈਂ ਠੋਕ ਦੂੰ। ਬਸ ਫਿਰ ਚੱਲ ਤੂੰ ਉਲਝਾ ਤੇ ਮੈਂ ਜਾ ਕੇ ਸਿਲੰਡਰ ਛੱਡਦਾ। ਮੈਨੂੰ ਤਾਂ ਅੱਜ ਪਹਿਲੀ ਵਾਰ ਯਕੀਨ ਹੋਇਆ ਵੀ ਤੂੰ ਗੰਦੀ ਲਾਦ ਮੇਰੀ ਹੀ ਆ। ਉਹ ਮੈਂ ਤੇਰੀ ਆ, ਤੈਨੂੰ ਤੂੰ ਭੁਲੇਖੇ ਪੈਂਦੇ ਨੇ, ਜਾ ਤੁਰ ਜਾ ਤੂੰ ਹੁਣ। ਚੱਲ ਠੀਕ ਆ, ਲੈ ਬਾਪੂ ਜੀ ਚੱਲੀਏ ਫਿਰ। ਹਾਂ ਛੇਰਾ ਚੱਕ ਸਮਾਨ, ਫਿਰ ਲੇਟ ਹੋ ਜਾਏਗਾ। ਹਾਂ ਹਾਂ ਚੱਲਦੇ ਆ। ਓਏ ਆਏ ਕਿਵੇਂ ਪਗ ਜਾਏਗਾ, ਫੌਜੀਆ ਚਾਚੇ ਨੂੰ ਮਿਲੇ ਤੋਂ ਬਿਨਾ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਵੀਰ, ਸਤਿ ਸ੍ਰੀ ਅਕਾਲ, ਹੋਰ ਠੀਕ ਹੋ? ਵਧੀਆ ਵਧੀਆ, ਬੈਠ ਜਾ ਜਰਾ। ਵਰਤੀ ਚਾਚੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਉਹ ਮੇਰੀ ਗੱਲ ਸੁਣ, ਤੂੰ ਇਹਨੂੰ ਕਿੱਥੇ ਨਾਲ ਕਿਹੜੀ ਸੈਂਗਾ? ਓਏ ਤੈਨੂੰ ਮੈਂ ਛੱਡ ਕੇ ਆਉਣਾ, ਤੇਰੀ ਧੁਰ ਦੀ ਟਿਕਟ ਤਾਂ ਮੈਂ ਕਟਾਈ ਬੈਠਾ। ਚਾਚਾ ਜੀ ਕਾਹਨੂੰ ਐ ਬੋਲਦੇ ਹੋ, ਸੌ ਲੱਗੇ ਇਹੋ ਜੀ ਗੱਲ ਨਾ ਕਿਹਾ ਕਰੋ, ਦਿਲ ਡਰਦਾ ਗਾ, ਧੁਰ ਦੀ ਟਿਕਟ ਨਹੀਂ ਕਹਿੰਦੇ। ਓਏ ਸੌਰੀਏ, ਜਿੱਥੇ ਇਹਨੇ ਪਹੁੰਚਣਾ ਉੱਥੋਂ ਦੀ ਗੱਲ ਕਰਦਾ ਮੈਂ ਤਾਂ। ਉਹ ਤਾਂ ਗੱਲ ਠੀਕ ਹੈ ਚਾਚਾ ਜੀ, ਤੁਹਾਨੂੰ ਪਤਾ ਤਾਂ ਹੈਗਾ ਜਿੱਦੇ ਇਹ ਛੁੱਟੀ ਆਉਂਦੇ ਨੇ ਵਾਪਸੀ ਦੀ ਟਿਕਟ ਤਾਂ ਉਦੋਂ ਹੀ ਕਰਾਏ ਆਉਂਦੇ ਹੁੰਦੇ। ਓਏ ਕਾਹਨੂੰ ਐ ਗੁੱਸਾ ਕਰਦੀਆਂ, ਚਾਚੇ ਜੀ ਤਾਂ ਪਹਿਲੇ ਦਿਨੋਂ ਆਦਤ ਹੈ ਮਜ਼ਾਕ ਕਰਨ ਦੀ। ਜੇ ਅੱਜ ਭੈਣ ਹੁੰਦੀ ਕਿੰਨੇ ਚਾਅ ਨਾਲ ਤੋਰਦੀ ਪੁੱਤ ਤੈਨੂੰ। ਸਹੀ ਗੱਲ ਹੈ ਚਾਚੀ। ਚਾਚੀ ਬਸ ਕਰ, ਐਵੇਂ ਮੂਡ ਨਾ ਖਰਾਬ ਕਰ ਵੀਰੇ ਦਾ, ਆਪਾਂ ਸਾਰੇ ਹੈਗੇ ਤਾਂ ਹੈ, ਨਾਲੇ ਮੰਮੀ ਹਮੇਸ਼ਾ ਨਾਲ ਹੀ ਹੁੰਦੀ ਹੈ। ਸਹੀ ਗੱਲ ਹੈ। ਉਹ ਚਲੋ ਫਿਰ ਐ ਕਰੋ, ਲੇਟ ਨਾ ਹੋਵੋ, ਚੱਕੋ ਸਮਾਨ। ਇੱਕ ਮਿੰਟ ਚਾਚਾ ਜੀ, ਮੈਂ ਮਾੜਾ ਜਾ
ਬਾਹਰ ਚ ਦੇਖਿਆ ਵਾ ਮੇਰੀ ਮਾਂ ਇਹ ਚੀਜ਼ ਦਾ ਬਹੁਤ ਵਹਿਮ ਕਰਦੀ ਸੀ ਕੋਈ ਖਾਲੀ ਬੱਠਲਾ ਵਾਲਾ ਨਾ ਮੱਥੇ ਲੱਗ ਜੇ ਇਹਨਾਂ ਨੇ ਮੇਰੀ ਗੱਲ ਸੁਣ ਤੂੰ ਰੁਕ ਜਾ ਭਾਈ ਜਾ ਤੂੰ ਜਾ ਓਏ ਮੈਂ ਜਾਣਾ ਭਾਬੀ ਕੋਈ ਗੱਲ ਨਹੀਂ ਤੁਸੀਂ ਇੱਥੋਂ ਦੇ ਵਿਹਾਰ ਕਰੋ ਆਪਦੇ ਕੋਈ ਨਹੀਂ ਚਲੋ ਬਾਈ ਵਿਹਾਰ ਤਾਂ ਕੀ ਕਰਨੇ ਨੇ ਲੈ ਫਿਰ ਚੱਕੋ ਬੈਗ ਹਾਂ ਹਾਂ ਓ ਲੈ ਮੈਨੂੰ ਫੜਾ ਬੰਦਾ ਤਾਂ ਖਾਲੀ ਹੱਥੀ ਜਾਂਦਾ ਸੋਹਣਾ ਲੱਗਦਾ ਚੱਲ ਕੋਈ ਨਹੀਂ ਚਾਚਾ ਤੂੰ ਚੱਕ ਲੈ ਚਲੋ ਆਇਆ ਬਰੋ ਛੁੜੀਏ ਚੱਲ ਚਾਚਾ ਓ ਫੇਰ ਛੱਡ ਦੇ ਮੈਂ ਕਹਿੰਦਾ ਮੇਰੇ ਵੀਰੇ ਦਾ ਬੈਗ ਮੈਨੂੰ ਫੜਾ ਦੇ ਚੱਕ ਲੈ ਸੌਰੀ ਕੰਮ ਨਹੀਂ ਆਉਂਦਾ ਉਹ ਨਾਲੇ ਗੱਲ ਸੁਣ ਭਾਈ ਉਹ ਤੇਰੀ ਮਾਂ ਨਾ ਖੰਡ ਉਹਨੂੰ ਦਹੀਂ ਖਵਾਉਂਦੀ ਹੁੰਦੀ ਸੀ ਖੰਡ ਚ ਪਾ ਕੇ ਉਹ ਲੈ ਗਿਆ ਭਾਜੀ ਆ ਲੈ ਓਹੋ ਮੇਰੀ ਮਾਂ ਨਾ ਫੜ ਚਾਚੀ ਭੱਜ ਕੇ ਦਹੀਂ ਲਈ ਲਿਆਉਣੀ ਹੈਲੋ ਹਾਂ ਮਾਂ ਮਾਂ ਮੇਰੀ ਗੱਲ ਸੁਣ ਨਾ ਨਾ ਗਏ ਨਹੀਂ ਹਜੇ ਜਾਂਦੇ ਆ ਮੈਂ ਫੇਰ ਗੱਲ ਕਰਦੀ ਹਾਂ ਤੁਹਾਡੇ ਨਾਲ जी सत श्री अकाल जी अज अपने खोखले रिश्ते वीडियो का एंड हो गया है ते आपां नूं किसे नूं भी लालच नहीं करना चाहिंदा लालच दा नतीजा तुसी वीडियो दे विच देखिया लालच बुरी बला वीडियो किवें लगी कमेंटां दे विच जरूर दस्सिओ वीडियो वधिया लगी तां अगे शेयर जरूर कर दिओ जिहड़े दोस्तां ने चैनल सबसक्राइब नहीं कीता ओह चैनल नूं जरूर सबसक्राइब कर लिओ नाल दित्ती बैल जरूर दबा लिया करो तां जे तुहाडे कोले साडियां नवीआं नवीआं वीडियो दी नोटिफिकेशन पहुंच सके वीडियो वधिया लगी तां अपने दोस्तां दे विच शेयर जरूर कर दिया करो धन्नवाद दोस्तो सत श्री अकाल